ਵਾਜੀਕਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਕਰਦੇ ਹਾਂ। ਵਿਆਹਾਂ ਦੇ ਵਿੱਚ ਅੱਜ ਦਿਨ ਫੁਕਰਿਆਂ ਵੱਲੋਂ ਹਵਾ ਵਿੱਚ ਗੋਲੀਆਂ ਚਲਾ ਕੇ ਫੁਕਰੀ ਮਾਰੀ ਜਾਂਦੀ ਹੈ। ਇਸ ਫੁਕਰੀਬਾਜ਼ੀ ਦੇ ਵਿੱਚ ਕਈ ਵਾਰ ਵਿਆਹਾਂ ਦੇ ਵਿੱਚ ਕਈ ਮਾਸੂਮ ਅਤੇ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਨੇ, ਪਰ ਫਿਰ ਵੀ ਲੋਕ ਸੁਲਝਣ ਦਾ ਨਾਮ ਨਹੀਂ ਲੈ ਰਹੇ। ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੇ ਅਟਾਰੀ ਦਾ, ਜਿੱਥੇ ਉਸ ਵੇਲੇ ਸਨਸਨੀ ਮੱਚ ਗਈ ਜਦੋਂ ਇੱਕ ਵਿਆਹ ਸਮਾਰੋਹ ਦੀ ਜਾਗੋਰਾਤ ਵੇਲੇ ਕੱਢੀ ਜਾ ਰਹੀ ਸੀ ਤਾਂ ਉੱਥੇ ਇੱਕ ਨੌਜਵਾਨ ਵੱਲੋਂ ਹਵਾਈ ਫਾਇਰ ਕੀਤੇ ਗਏ। ਜਦੋਂ ਹਵਾ ਵਿੱਚ ਫਾਇਰ ਕਰਦਿਆਂ ਦੀ ਵੀਡੀਓ ਫੋਟੋਗ੍ਰਾਫਰ ਵੱਲੋਂ ਬਣਾਉਣ ਤੋਂ ਮਨਾ ਕਰ ਦਿੱਤਾ ਗਿਆ ਤਾਂ ਵਿਆਹ ਵਾਲਿਆਂ ਵਿੱਚ ਅਤੇ ਫੋਟੋਗ੍ਰਾਫਰ ਵਿੱਚ ਕਾਫੀ ਤਕਰਾਰ ਹੋ ਗਿਆ। ਇਸ ਤੋਂ ਬਾਅਦ ਵਿਆਹ ਵਾਲਾ ਲੜਕਾ ਅਤੇ ਫੋਟੋਗ੍ਰਾਫਰਾਂ ਵਿੱਚ ਕਾਫੀ ਹੱਥੋਪਾਈ ਹੋਈ ਅਤੇ ਜਿਸ ਤੋਂ ਬਾਅਦ ਵਿਆਹ ਵਾਲੇ ਲੜਕੇ ਵੱਲੋਂ ਫੋਟੋਗ੍ਰਾਫਰ ਦੇ ਮੱਥੇ 'ਤੇ ਸਿੱਧੀ ਪਿਸਤੌਲ ਤਾਣ ਦਿੱਤੀ ਗਈ ਅਤੇ ਜਦੋਂ ਉਸ ਵੱਲੋਂ ਫਾਇਰ ਕੱਢਿਆ ਗਿਆ ਤਾਂ ਫੋਟੋਗ੍ਰਾਫਰ ਦੇ ਦੂਸਰੇ ਸਾਥੀ ਨੇ ਫੋਟੋਗ੍ਰਾਫਰ ਨੂੰ ਖੇਤ ਵਿੱਚ ਲਿਜਾ ਕੇ ਉਸਦੀ ਜਾਨ ਬਚਾ ਲਈ। ਨਾਮ ਜੀ ਚਾਂਦ ਕੁਮਾਰ। ਕੀ ਆ ਜੀ, ਕਿੱਥੇ ਗਏ ਸੀ ਸ਼ੂਟਿੰਗ ਦਾ? 18 ਤਰੀਕ ਰਾਤ ਦੀ ਹੈ ਨਾ ਜੀ, ਆਪਾਂ ਮੈਂ ਅਤੇ ਮੇਰਾ ਭਰਾ ਵੱਡਾ ਰੋੜਾ ਵਾਲੇ ਪਿੰਡ ਲੱਗੇ ਹੈ ਨਾ ਸਾਡੇ, ਮਤਲਬ ਪੈਂਦਾ ਵਾ, ਅਤੇ ਉੱਥੇ ਆਪਾਂ ਜਾਗੋ ਖਿੱਚਣ ਗਏ ਸੀਗੇ। ਉਹ ਵੀ ਉਹਨਾਂ ਦੇ ਟਾਈਮ ਦੀ ਟਾਈਮ ਹੀ ਸਾਨੂੰ ਬੋਲਿਆ ਜਾਗੋ ਖਿੱਚਣ ਵਾਸਤੇ। ਅਸੀਂ ਉੱਥੇ ਗਏ ਅਤੇ ਜੀ ਇੱਕ ਮੁੰਡਾ ਸੀ ਉੱਥੇ, ਉਹਨੇ ਮਤਲਬ ਫਾਇਰ ਕੱਢਿਆ, ਵੱਡਾ ਵੀਰ ਮੇਰਾ ਵੀਡੀਓ ਬਣਾ ਰਿਹਾ ਸੀਗਾ ਅਤੇ ਵੀਡੀਓ ਬਣਾ ਰਿਹਾ ਸੀ ਅਤੇ ਇਹਨੇ ਉਹਨੂੰ ਵੀਰ ਨੂੰ ਕਿਹਾ ਵੀ ਤੂੰ ਮੇਰਾ ਵੀਰ ਨਾ ਥੋੜ੍ਹਾ ਸਾਈਡ 'ਤੇ ਹੋ ਕੇ ਫਾਇਰ ਕੱਢ ਲਾ ਜਿਹੜੇ ਕੱਢਣੇ ਆ। ਅਤੇ ਉਹਨੇ ਕੀ ਕੀਤਾ ਜੀ, ਉਹ ਕਹਿੰਦਾ ਤੂੰ ਆਪਣਾ ਕੈਮਰਾ ਬੰਦ ਕਰ ਅਤੇ ਘਰ ਨੂੰ ਜਾ। ਅਤੇ ਚਲੋ ਇਹਦੇ ਘਰ ਨੂੰ ਆਪਾਂ ਇੰਨੇ ਵੱਡੇ ਵੀਰ ਨੇ ਕੈਮਰਾ ਬੰਦ ਕਰ ਲਿਆ ਅਤੇ ਅਸੀਂ ਪਿੱਛੇ ਮੁੜ ਆਏ ਅਤੇ ਜਿਹੜਾ ਅੱਗੋਂ ਵਿਆਹ ਵਾਲਾ ਮੁੰਡਾ ਸੀਗਾ ਅਤੇ ਉਹ ਪਿੱਛੇ ਆਇਆ, ਅਸੀਂ ਤੈਨੂੰ ਪੈਸੇ ਨਹੀਂ ਦਿੱਤੇ, ਨਾਲ ਮਾਂ ਭੈਣ ਦੀਆਂ ਗਾਲਾਂ ਕੱਢਣ ਲੱਗ ਪਿਆ। ਉਸ ਤੋਂ ਬਾਅਦ ਉਹਨੇ ਜੀ ਉਹ ਮੁੰਡੇ ਕੋਲ ਰਿਵੋਲਵਰ ਕੱਢ ਕੇ ਫੜ ਕੇ ਅਤੇ ਮੇਰੇ ਸਿਰ 'ਤੇ ਸਿੱਧਾ ਤਾਣਤਾ ਅਤੇ ਇਹਨੇ ਫਾਇਰ ਕੱਢਤਾ। ਇਹ ਸ਼ੁਕਰ ਇਹ ਆ ਵੀ ਭਰਾ ਮੇਰੇ ਨੇ ਮੈਨੂੰ ਖਿੱਚ ਲਿਆ, ਜਿਹਦੇ ਕਰਕੇ ਮੇਰਾ ਬਚਾਅ ਹੋ ਗਿਆ, ਨਹੀਂ ਤਾਂ ਔਨ ਦੀ ਸਪੋਟ ਮੇਰੀ ਰਾਤ ਡੈਥ ਹੋ ਸਕਦੀ ਸੀ। ਰਿਵਾਲਵਰ ਕਿੰਨੇ ਪਾਣੀ? ਵਿਆਹ ਵਾਲੇ ਮੁੰਡੇ। ਕੀ ਨਾਮ? ਨਾਂ ਦਾ ਅਮਰਤ ਆ ਸ਼ਾਇਦ। ਕੀ ਉਹ ਲਾਇਸੈਂਸੀ ਹੈ ਜਾਂ? ਇਹਦਾ ਨਹੀਂ ਆਪਾਂ ਨੂੰ ਪਤਾ ਜੀ। ਕਿੰਨੇ ਰਿਕੁਆਇਰਮੈਂਟ ਸੀ? ਉੱਥੇ ਕਮ ਸੇ ਕਮ ਇਹਨਾਂ 5-6 ਫਾਇਰ ਤਾਂ ਕੱਢੇ ਹੋਣਗੇ। ਪਹਿਲਾਂ ਜਾਗੋ ਘਰ ਦੇ ਜਦੋਂ ਸ਼ੁਰੂ ਹੋਈ ਆ ਉਦੋਂ ਇੱਕ ਫਾਇਰ ਕੱਢਿਆ, ਉਸ ਤੋਂ ਬਾਅਦ ਹੋਰ ਦੂਜੇ ਪਾਸੇ ਜਾ ਕੇ। ਲੜਾਈ ਕਿਉਂ ਹੋਈ? ਕਾਰਨ ਜੀ ਦੇਖੋ ਉਹਨੇ ਆਪਾਂ ਨੂੰ ਨਹੀਂ ਪਤਾ, ਇੱਕ ਮੁੰਡਾ ਗੋਪੀ ਗੋਪੀ ਕੋਈ ਹੈਗਾ ਡਾਕਟਰ ਆਪਣੇ ਆਪ ਨੂੰ ਕਹਿੰਦਾ ਹੈ ਨਾ ਜੀ, ਅਤੇ ਉਹਨੇ ਫਾਇਰ ਕੱਢਿਆ ਅਤੇ ਬਸ ਫਾਇਰ ਕੱਢਣ ਤੋਂ ਬਿਲਕੁਲ ਸਾਡੇ ਮਤਲਬ ਭਰਾ ਦੇ ਮੇਰੇ ਬਿਲਕੁਲ ਕੰਨ ਦੇ ਲਾਗੇ ਕੱਢਿਆ ਅਤੇ ਵੱਡੇ ਵੀਰ ਨੇ ਬਸ ਉਹਨੂੰ ਇਹੀ ਗੱਲ ਬੋਲੀ ਆ ਵੀ ਮੇਰਾ ਵੀਰ ਸਾਈਡ 'ਤੇ ਹੋ ਕੇ ਤੂੰ ਆਪਣਾ ਜਿਹੜਾ ਵੀ ਕੱਢਣਾ ਫਾਇਰ ਤੋਂ ਸਾਈਡ 'ਤੇ ਹੋ ਕੇ ਕੱਢ ਲਾ। ਬਸ ਉਹਨੇ ਅੱਗੋਂ ਕਹਿੰਦਾ ਵੀ ਤੂੰ ਆਪਣਾ ਕੈਮਰਾ ਬੰਦ ਕਰ ਅਤੇ ਘਰ ਨੂੰ ਜਾ। ਵੱਡੇ ਵੀਰ ਨੇ ਕੈਮਰਾ ਬੰਦ ਕਰ ਲਿਆ ਅਤੇ ਇਹ ਆ ਗਿਆ। ਉਸ ਤੋਂ ਬਾਅਦ ਫਿਰ ਵਿਆਹ ਵਾਲੇ ਮੁੰਡੇ ਨਾਲ ਸਾਰੀ ਗੱਲਬਾਤ ਹੋਈ ਅਤੇ ਜਦੋਂ ਆਪਾਂ ਵੱਡਾ ਵੀਰ ਥੋੜ੍ਹਾ ਅੱਗੇ ਚੱਲ ਗਿਆ ਕੈਮਰਾ ਬੰਦ ਕਰਕੇ ਅਤੇ ਉਸ ਤੋਂ ਬਾਅਦ ਮੈਂ ਪਿੱਛੇ ਆਇਆ ਅਤੇ ਮੈਨੂੰ ਇਹ ਘੱਟ ਤੋਂ ਘੱਟ ਵੀ 10-15 ਜਣਿਆਂ ਨੇ ਮੈਨੂੰ ਫੜ ਲਿਆ ਅਤੇ ਮੇਰੇ ਨਾਲ ਮਾਰ ਕਟਾਈ ਕੀਤੀ ਆ। ਉਸ ਤੋਂ ਬਾਅਦ ਜੀ ਆਪਾਂ ਮੈਂ ਫਿਰ ਚਲੋ ਮਾੜਾ ਮੋਟਾ ਛੋਟ ਛੁੱਟ ਕੇ ਉਹਨਾਂ ਕੋਲੋਂ ਅਤੇ ਅਸੀਂ ਮੈਂ ਵੱਡੇ ਵੀਰ ਨੂੰ ਕਿਹਾ ਮੈਂ ਮੋਟਰਸਾਈਕਲ ਫੜਾ ਆਪਣਾ ਅਤੇ ਚਲੀਏ ਘਰ ਨੂੰ ਅਤੇ ਇਹਨੇ ਮੋਟਰਸਾਈਕਲ ਸਟਾਰਟ ਕੀਤਾ ਅਤੇ ਜਦੀ ਮੋਟਰਸਾਈਕਲ ਸਟਾਰਟ ਕੀਤਾ ਉਹਨਾਂ ਨੇ ਫਿਰ ਮਗਰ ਸਾਡੇ ਆਣ ਕੇ ਸਾਨੂੰ ਫਿਰ ਥੱਲੇ ਲਾ ਲਿਆ ਅਤੇ ਉੱਥੇ ਫਿਰ ਮੇਰੀ ਅਤੇ ਭਰਾ ਮੇਰੇ ਦੀ ਮਾਰ ਕਟਾਈ ਕੀਤੀ ਆ। ਅਤੇ ਵੱਡਾ ਵੀਰ ਥੋੜ੍ਹਾ ਜਿਹਾ ਫਿਰ ਅਗਲੇ ਪਾਸੇ ਸੀਗਾ, ਉਹ ਲਾਗੇ ਉੱਥੇ ਸਾਡੇ ਮੌਜੂਦਾ ਕੋਈ ਹੈਗੇ ਆ ਆਪਣੇ ਅੰਗਰੇਜ਼ ਸਿੰਘ ਜੀ, SHO ਸਾਹਿਬ ਸ਼ਾਇਦ ਸਬ ਇੰਸਪੈਕਟਰ ਹੈਗੇ ਆ ਉਹ, ਉਹਨਾਂ ਦਾ ਘਰ ਦਾ ਬੂਹਾ ਖੜਕਾਇਆ ਅਤੇ ਉਹਨਾਂ ਦੇ ਘਰ ਦਾ ਬੂਹਾ ਖੜਕਾ ਕੇ ਉਹਨਾਂ ਨੇ ਸਾਡੀ ਮਤਲਬ ਸਾਨੂੰ ਆਣ ਕੇ ਬਚਾਇਆ। ਹਾਂਜੀ ਹਾਂਜੀ, ਰਾਤੀ ਪੁਰਸੋਂ ਕਰਵਾਤੀ ਦਰਖਾਸਤ ਆਪਾਂ ਜੀ, ਅਤੇ ਕਾਰਵਾਈ ਕਰ ਰਹੇ ਹਾਂ ਅਤੇ ਸਾਡੀ ਇਹੋ ਮੰਗ ਹੈ ਜੀ ਸਾਨੂੰ ਪ੍ਰਸ਼ਾਸਨ ਕੋਲੋਂ ਵੀ ਸਾਨੂੰ ਇਨਸਾਫ ਬਣਦਾ ਦਵਾਇਆ ਜਾਵੇ, ਸਾਡਾ ਕੈਮਰਾ ਵੀ ਉਹਨਾਂ ਨੇ ਤੋੜ ਦਿੱਤਾ ਉਹਦਾ ਸਾਡਾ ਇਨਸਾਫ ਦਵਾਇਆ ਜਾਵੇ। ਇਸ ਤੋਂ ਪਹਿਲਾਂ ਕਈ ਫੋਟੋਗ੍ਰਾਫਰਾਂ ਦੇ ਗੋਲੀਆਂ ਲੱਗੀਆਂ ਨੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ? ਹਾਂਜੀ, ਬਥੇਰਾ ਕੁਛ ਹੁੰਦਾ ਜੀ, ਸਾਡੇ ਇੱਧਰ ਪਹਿਲਾਂ ਭਿੱਖੀ ਵਿੰਡ ਵਾਲੀ ਸ਼ਾਇਦ ਹੋਇਆ ਇਹ ਕੰਮ ਅਤੇ ਇਸੇ ਕਰਕੇ ਜੀ ਸਿਰਫ ਕਿਹਾ ਵੀ ਉਹਨਾਂ ਨੂੰ ਵੀ ਸਾਈਡ 'ਤੇ ਹੋ ਕੇ ਤੁਸੀਂ ਗੋਲੀਆਂ ਚਲਾਓ ਅਤੇ ਬਸ ਆਹੀ ਕੰਮ ਹੋਇਆ। ਵਿਆਹ 'ਚ ਲੋਕ ਕਿੰਨੇ ਕੁ ਸੀਗੇ? ਵਿਆਹ 'ਚ ਹੋਣਗੇ ਜੀ 60-70 ਦੇ ਕਰੀਬ ਤਾਂ ਲੋਕ ਹੋਣਗੇ ਜਾਗੋ ਦੇ ਵਿੱਚ ਜੀ। ਹਾਂਜੀ ਸਰ, ਕੀ ਮਾਮਲਾ ਜੀ? ਰਾਤ ਕਰੀਬ 10:30 ਵਜੇ ਇੱਕ ਟੈਲੀਫੋਨ ਚਾਂਦ ਕੁਮਾਰ ਪੁੱਤਰ ਵਿਸ਼ਵਿੰਦਰ ਨਾਥ ਵਾਸੀ ਅਟਾਰੀ ਨੇ ਫੋਨ ਕਰਕੇ ਮੈਨੂੰ ਦੱਸਿਆ ਕਿ ਉਧਾਰ ਕੇ ਸਟੂਡੀਓ ਹੈ ਅਟਾਰੀ ਵਿੱਚ ਅਤੇ ਉਹ ਇੱਕ ਵਿਆਹ ਦੇ ਪ੍ਰੋਗਰਾਮ ਵਿੱਚ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਲਈ ਗਿਆ ਵਾ, ਜਿੱਥੇ ਇੱਕ ਗੋਪੀ ਪੁੱਤਰ ਬੀਰਾ ਸਿੰਘ ਵਾਸੀ ਲੱਦੇਵਾਲ ਨਾਂ ਦੇ ਲੜਕਾ ਜਿਹੜਾ ਵਾ ਉਹਨੇ ਵਿਆਹ ਵਿੱਚ ਹਵਾਈ ਫਾਇਰ ਕੀਤੇ ਅਤੇ ਜਿਹੜੀ ਉਹਦੇ ਕੈਮਰੇ ਵਿੱਚ ਉਸਦੀ ਹੋ ਸਕਦਾ ਵਾ ਸ਼ੂਟਿੰਗ ਹੋ ਗਈ ਹੋਵੇ। ਉਸ ਸ਼ੂਟਿੰਗ ਦੇ ਮੁਤਾਬਕ ਉਸ ਲੜਕੇ ਨੇ ਉਹਦੇ ਨਾਲ ਫੋਟੋਗ੍ਰਾਫਰ ਨਾਲ ਧੱਕਮੁੱਕੀ ਸ਼ੁਰੂ ਕਰ ਦਿੱਤੀ, ਜਿੱਥੋਂ ਦੋਵੇਂ ਜਣਿਆਂ ਦਾ ਝਗੜਾ ਹੋ ਗਿਆ ਆਪਸ ਵਿੱਚ ਅਤੇ ਉਹ ਜਿਹੜਾ ਗੁਰਪ੍ਰੀਤ ਸਿੰਘ ਪੁੱਤਰ ਬੀਰਾ ਸਿੰਘ ਉੱਥੋਂ ਮੌਕੇ 'ਤੇ ਦੌੜ ਗਿਆ ਅਤੇ ਅਸੀਂ ਜੋ ਵੀ ਉਹਨਾਂ ਦੇ ਚਾਂਦ ਕੁਮਾਰ ਦੀ ਇਨਫੋਰਮੇਸ਼ਨ ਮੁਤਾਬਕ ਮੌਕੇ 'ਤੇ ਪਹੁੰਚ ਕੇ
ਤਫਤੀਸ਼ ਕਰ ਰਹੇ ਹਾਂ ਅਤੇ ਜਿਹੜਾ ਗੁਰਪ੍ਰੀਤ ਸਿੰਘ ਹੈ ਇਹਦੀ ਭਾਲ ਕਰ ਰਹੇ ਹਾਂ। ਨੁਕਸਾਨ ਕੀ ਹੋਇਆ ਸਰ? ਇਹਦੇ ਵਿੱਚ ਕਿਸੇ ਦੀ ਧਿਰ ਦਾ ਕੋਈ ਨੁਕਸਾਨ ਨਹੀਂ ਹੋਇਆ, ਹੱਥੋਂ ਪਾਈ ਹੋਏ ਨੇ। ਅਤੇ ਜਿਹੜਾ ਚਾਂਦ ਕੁਮਾਰ, ਉਹਨੂੰ ਮੈਂ ਪੁੱਛਿਆ ਸੀ ਵੀ ਉਹਦੀ ਕੋਈ ਚੀਜ਼ ਉੱਥੇ ਮੌਕੇ ਦੇ ਵਿਆਹ ਵਿੱਚ ਕੋਈ ਗੁਆਚੀ ਜਾਂ ਕਿਸੇ ਨੇ ਕੋਈ ਲਈ ਹੋਵੇ, ਤਾਂ ਉਹ ਇਹੋ ਜਿਹੀ ਚੀਜ਼ ਅਜੇ ਉਹੋ ਜਿਹੀ ਨੋਟਿਸ 'ਚ ਨਹੀਂ ਆਈ ਵੀ ਕੋਈ ਉਹੋ ਜਿਹਾ ਨੁਕਸਾਨ ਹੋਇਆ। ਇਹਦੇ ਵਿੱਚ ਸਾਰੀ ਗੱਲ ਤਸਦੀਕ ਹੋਣ ਤੋਂ ਬਾਅਦ ਜੋ ਵੀ ਧਰਾਵਾਂ ਬਣਦੀਆਂ ਨੇ ਕਾਨੂੰਨ ਤਹਿਤ, ਉਹਨਾਂ ਤੱਕ ਮੁਕੱਦਮਾ ਦਰਜ ਕੀਤਾ। ਇਹ ਵੈਰੀਫਾਈ ਕਰਦੇ ਪਏ ਹਾਂ, ਤਫਤੀਸ਼ ਪੜਤਾਲ ਕਰਦੇ ਪਏ ਹਾਂ ਵੀ ਗੁਰਪ੍ਰੀਤ ਸਿੰਘ ਦੇ ਜਾਂ ਬਾਪ ਦੇ ਜਾਂ ਕਿਸੇ ਦੇ ਨਾਮ 'ਤੇ ਕੋਈ ਲਾਇਸੈਂਸ ਜਾਂ ਗੁਰਪ੍ਰੀਤ ਸਿੰਘ ਦੇ ਖੁਦ ਨਾਮ 'ਤੇ ਕੋਈ ਲਾਇਸੈਂਸ ਹੈ ਆ। ਇਹਦੇ ਬਾਰੇ ਤਫਤੀਸ਼ ਜੋ ਮਦਈ ਦੇ ਦੱਸਣ ਮੁਤਾਬਕ ਦੋ ਫਾਇਰ ਹੋਏ ਨੇ, ਇੱਕ ਕਿਸੇ ਜਾਣ ਲੱਗਿਆ ਹੋਇਆ ਵਾ ਅਤੇ ਇੱਕ ਉੱਥੇ ਉਹਨਾਂ ਨੇ ਜਦੋਂ ਜਾਗੋ ਵਗੈਰਾ ਦੇ ਵਿੱਚ ਚੱਲਦੀ ਪਈ ਸੀ ਉੱਥੇ ਹੋਇਆ। ਹਾਂ, ਜੇਕਰ ਸਿੱਧੀ ਚੱਲ ਜਾਂਦੀ ਜਾਂ ਕਿਤੇ ਹੋਰ ਤਾਂ ਅਣਸੁਖਾਵੀ ਹੋ ਸਕਦੀ, ਪਰ ਜੋ ਮਦਈ ਦੇ ਦੱਸਣ ਮੁਤਾਬਕ ਆ ਵੀ ਹਵਾਈ ਫਾਇਰ ਹੋਏ ਆ, ਉਹਦੇ ਮੁਤਾਬਕ ਨਹੀਂ, ਉਹਨਾਂ ਨੇ ਕੋਈ ਪਰਮਿਸ਼ਨ ਨਹੀਂ ਸੀ ਲਈ। ਇਸ ਸੰਬੰਧੀ ਜਿਹੜਾ ਵਾ ਉਹ ਅਲੱਗ, ਅਸੀਂ ਜਿਹੜੇ ਉਹਨਾਂ ਦੇ ਮੈਂਬਰ ਸੀਗੇ ਵੀਡੀਓ ਵਿੱਚ ਗਿਣਤੀ ਕਰ ਰਹੇ ਹਾਂ ਵੀ ਉਹ ਕਿੰਨੇ ਮੈਂਬਰ ਸੀ, ਪਰਿਵਾਰ ਤੋਂ ਬਾਹਰ ਦੇ ਸੀਗੇ ਜਾਂ ਕੋਈ ਰਿਸ਼ਤੇਦਾਰ ਆਏ ਸੀ ਜਾਂ ਜੋ, ਇਹ ਸਾਰੀ ਤਫਤੀਸ਼ ਕਰਕੇ ਜਿਹੜੀ ਆ ਕਾਰਵਾਈ ਅਮਲ 'ਚ ਲਿਆਵਾਂਗੇ। ਸਰ, ਜਿੱਥੇ ਸ਼ਗਨ ਹੈ ਅਤੇ ਉੱਥੇ ਕੁਆਂਟਿਟੀ ਦੇਖੀ ਗਈ, ਕਿੰਨੇ ਜਨਤਾ ਇਕੱਠੀ ਹੋਈ ਹੈ ਉੱਥੇ ਵਿਆਹ ਵਿੱਚ ਜਾਂ ਉੱਤੇ? ਸ਼ਗਨ ਕਿ ਅੱਜ ਸਾਡੇ ਨਾ ਤਾਂ ਕਿਸੇ ਕੋਲ ਪਰਮਿਸ਼ਨ ਲਈ ਗਈ ਆ, ਨਾ ਸ਼ਗਨ ਬਾਰੇ ਕੁਛ ਦੱਸਿਆ ਗਿਆ ਵਾ, ਫਿਰ ਵੀ ਅਸੀਂ ਪਤਾ ਕਰ ਲੈਂਦੇ ਕਿਹੜੇ ਪੈਲਸ 'ਚ ਕੋਈ ਸ਼ਗਨ ਹੈ। ਜੇ ਕਿਤੇ ਹੋਏਗਾ ਤਾਂ ਜੇ ਕਿਸੇ ਨੇ ਜੋ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਨਹੀਂ ਪਾਲਣਾ ਕੀਤੀ ਹੋਏਗੀ ਤਾਂ ਜੋ ਵੀ ਬਣਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਏਗਾ। ਜੇਕਰ ਜੋ ਸਰਕਾਰ ਵੱਲੋਂ ਆ ਉਹ ਗਾਈਡਲਾਈਨ ਉਹਨਾਂ ਦੀ ਪਾਲਣਾ ਨਹੀਂ ਹੋਏਗੀ ਤਾਂ ਫਿਰ ਉਹ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਏਗਾ।